ਮਾਨਸਾ ਦੀ ਧੀ ਨੇ ਇੱਕ ਵਾਰ ਫਿਰ ਤੋਂ ਮਾਣ ਵਧਾਇਆ। ਨਿਰਮਲ ਰਿਸ਼ੀ ਪੰਜਾਬੀ ਫਿਲਮ ਦੀ ਅਦਾਕਾਰਾ, ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਬੇਬੇ ਬਣਨ ਵਾਲੀ ਇਹ ਔਰਤ ਅੱਜ ਮਾਣ ਵਧਾ ਦਿੱਤਾ ਮਾਨਸਾ ਜ਼ਿਲ੍ਹੇ ਦਾ, ਕਿਉਂਕਿ ਮਾਨਸਾ ਜ਼ਿਲ੍ਹੇ ਦੇ ਖੀਵਾ ਪਿੰਡ ਦੇ ਵਿੱਚ ਰਹਿੰਦੀ ਇਹ ਬੀਬੀ, ਜਿਸ ਨੂੰ ਬੀਬੀ ਕਹਿ ਨਾਮ ਤੋਂ ਜਾਣਿਆ ਜਾਂਦਾ, ਕਿਉਂਕਿ ਫਿਲਮੀ ਜਗਤ ਦੇ ਵਿੱਚ ਬੀਬੀ ਨਾਂ ਤੋਂ ਬੜੀ ਮਸ਼ਹੂਰ ਇਹ ਫਿਲਮ ਦੀ ਉਹ ਅਦਾਕਾਰਾ ਜਿਸਨੇ ਅੱਜ ਪਦਮ ਸ਼੍ਰੀ ਪ੍ਰਾਪਤ ਕੀਤਾ। ਰਾਸ਼ਟਰਪਤੀ ਦੇਸ਼ ਦੇ ਦ੍ਰੌਪਦੀ ਮੁਰਮੂ ਇਹਨਾਂ ਨੂੰ ਜਿਹੜਾ ਪਦਮ ਸ਼੍ਰੀ, ਨਾਲ ਨਾਲ ਤਸਵੀਰਾਂ ਜਿਹੜੀਆਂ ਵੀਡੀਓ ਦੇ ਵਿੱਚ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਪਦਮ ਸ਼੍ਰੀ ਬਹੁਤ ਉੱਚ ਕੋਟੀ ਦੇ ਉਹ ਅਵਾਰਡ ਹੁੰਦੇ ਨੇ ਜਿਨ੍ਹਾਂ ਨੂੰ ਹਾਸਲ ਕਰਨਾ ਬਹੁਤ ਵੱਡਾ ਮੁਕਾਮ ਹੁੰਦਾ, ਅਤੇ ਅੱਜ ਉਹ ਮੁਕਾਮ ਮਾਨਸਾ ਦੀ ਧੀ ਨੇ ਹਾਸਲ ਕੀਤਾ। ਨਾਲ ਨਾਲ ਵੀਡੀਓ ਚੱਲ ਰਹੀ ਹੈ ਦੋਸਤੋ, ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਮਾਨਸਾ ਦੀ ਧੀ ਨਿਰਮਲ ਰਿਸ਼ੀ, ਜੋ ਅਕਸਰ ਪੰਜਾਬੀ ਫਿਲਮਾਂ ਦੇ ਵਿੱਚ ਕਮੇਡੀਅਨ ਰੋਲ ਜਿਹੜਾ ਅਦਾ ਕਰਦੇ ਨੇ, ਤਾਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਪਹਿਲਾਂ ਵੀ ਵਾਇਰਲ ਹੋਈਆਂ ਸੀ, ਜਿੱਥੇ ਗਿੱਪੀ ਗਰੇਵਾਲ ਵੱਲੋਂ ਮਜ਼ਾਕ ਕਰਦੇ ਹੋਏ ਨਜ਼ਰ ਆਏ ਕਿ ਪਦਮ ਸ਼੍ਰੀ ਜਿਹੜਾ ਤੁਸੀਂ ਹਾਸਲ ਕਰ ਲਿਆ ਬਹੁਤ ਵੱਡੀ ਪ੍ਰਾਪਤੀ ਹੈ। ਤਾਂ ਪਹਿਲਾਂ ਤਾਂ ਮਾਨਸਾ ਨੂੰ ਜਿੰਨੇ ਵੀ ਬੰਦੇ ਰਿਲੇਟ ਕਰਦੇ ਨੇ ਉਹ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣ, ਅਤੇ ਮਾਨਸਾ ਦਾ ਮਾਣ ਵਧਾਉਣ ਵਾਲੀ ਇਸ ਧੀ ਦੇ ਲਈ ਵੀਡੀਓ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਦੋਸਤੋ ਕਮੈਂਟਾਂ ਦੇ ਵਿੱਚ। ਤਾਂ ਤੁਹਾਨੂੰ ਅੱਜ ਦੱਸ ਦਿੰਦੇ ਕਿ ਪਦਮ ਸ਼੍ਰੀ ਹਾਸਲ ਕੀਤਾ ਉਹ ਮੁਕਾਮ ਕਿਸ ਤਰੀਕੇ ਦੇ ਨਾਲ, ਉਹ ਸਫ਼ਰ ਜਿਹੜਾ ਪੂਰਾ ਕੀਤਾ ਨਿਰਮਲ ਰਿਸ਼ੀ ਨੇ, ਮਾਨਸਾ ਦੇ ਵਿੱਚ ਜਨਮੀ ਪਲੀ ਪੜ੍ਹੀ ਲਿਖੀ ਉਹ ਫਿਲਮ ਦੀ ਜਗਤ ਦੀ ਉਹ ਬੇਬੇ ਜੋ ਅਕਸਰ ਫਿਲਮਾਂ ਦੇ ਵਿੱਚ ਛਾ ਜਾਂਦੀ ਹੈ, ਅਤੇ ਇਹ ਕੁਝ ਅਜਿਹੇ ਰੋਲ ਹੁੰਦੇ ਨੇ ਜਿਹੜੇ ਦਿਮਾਗ ਦੇ ਵਿੱਚ ਬੈਠ ਜਾਂਦੇ ਨੇ, ਅਤੇ ਸਾਰਿਆਂ ਨੂੰ ਪਤਾ ਵੀ ਨਿਰਮਲ ਰਿਸ਼ੀ ਕਿਸ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਰਿਐਕਟ ਕਰਦੇ ਨੇ। ਤਾਂ ਅੱਜ ਜਿਹੜਾ ਪਦਮ ਸ਼੍ਰੀ ਅਵਾਰਡ ਇਹਨਾਂ ਨੂੰ ਮਿਲਿਆ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮਾਨਸਾ ਜ਼ਿਲ੍ਹੇ ਦੇ ਲਈ। ਤਾਂ ਵੱਧ ਤੋਂ ਵੱਧ ਵੀਡੀਓ ਨੂੰ ਦੋਸਤੋ ਲਾਈਕ ਕਰਕੇ ਸ਼ੇਅਰ ਕਰਨਾ, ਕਿਉਂਕਿ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ ਇਸ ਧੀ ਨੇ। ਤਾਂ ਮਾਨਸਾ ਦੇ ਮਾਣ ਲਈ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ। ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ, ਧੰਨਵਾਦ।